ਹਾਂਜੀ ਬੇਟਾ ਚੈਪਟਰ 8 ਵਿਦਾਤਾ ਸਿੰਘ ਤੀਰ ਹੁਣ ਆਪਾਂ ਇਸ ਚੈਪਟਰ ਦੀ ਰਿਵੀਜ਼ਨ ਕਰਾਂਗੇ ਠੀਕ ਹੈ ਤੇ ਨਾਲ ਵਸਤੂਨਿਸ਼ਟ ਪ੍ਰਸ਼ਨ ਵੀ ਕਰਾਂਗੇ ਨਵੀਂ ਪੁਰਾਣੀ تہذیਬ ਕੀ ਹੁੰਦੀ ਹੈ ਸਭਿਅਤਾ ਕਵਿਤਾ ਦਾ ਕੇਂਦਰੀ ਭਾਵ ਲਿਖੋ ਸਭ ਤੋਂ ਪਹਿਲਾਂ ਕੇਂਦਰੀ ਭਾਵ ਆਪਾਂ ਨੇ ਦੋ ਕਵਿਤਾਵਾਂ ਪੜ੍ਹੀਆਂ ਨੇ ਨਵੀਂ ਪੁਰਾਣੀ تہذیਬ ਤੇ ਨੌਜਵਾਨ ਹਿੰਦੀ ਠੀਕ ਹੈ ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਇਸਾ ਕੇਂਦਰੀ ਭਾਵ ਪੜ੍ਹ ਲੈਂ ਜਾਂ ਭਾਰਤ ਵਿੱਚ ਨਵੀਂ ਸਭਿਅਤਾ ਦੇ ਆਉਣ ਨਾਲ ਸਾਊ ਪੁਣੇ ਆਪਸੀ ਏਕਤਾ ਪਿਆਰ ਤੇ ਭਾਈਚਾਰਕ ਸਾਂਝ ਵਰਗੀਆਂ ਪੁਰਾਣੀਆਂ ਸੱਭਿਆਚਾਰਕ ਕੀਮਤਾਂ ਖਤਮ ਹੋਈਆਂ ਹਨ ਠੀਕ ਹੈ ਜਿਹੜੀ ਹੁਣ ਅੱਜ ਦੀ ਨੌਜਵਾਨ ਪੀੜੀ ਹੈ ਨਵੀਂ ਸਭਿਅਤ ਹੈ ਇਹ ਆਉਣ ਦੇ ਨਾਲ ਜਦੋਂ ਪੁਰਾਣੇ ਸਮੇਂ ਦੀ ਜਿਹੜੀ ਸੱਭਿਅਤਾ ਸੀ ਉਸ ਸਮੇਂ ਦੇ ਲੋਕ ਸੀ ਜਿਨ੍ਹਾਂ ਦੇ ਵਿੱਚ ਆਪਸੀ ਪਿਆਰ ਸੀ ਠੀਕ ਹੈ ਆਪਸੀ ਮਿਲਵਰਤਨ ਸੀ ਇੱਕ ਦੂਜੇ ਨਾਲ ਮਿਲਦੇ ਜੁਲਦੇ ਸੀ ਇਕੱਠੇ ਰਹਿੰਦੇ ਸੀ ਠੀਕ ਹੈ ਉਹ ਸਭ ਕੁਝ ਹੈ ਕਹਿੰਦੇ ਜਿਹੜਾ ਖਤਮ ਹੋ ਚੁੱਕਿਆ ਹੈ ਨਵੀਂ ਅਸਭਿਅਤਾ ਦੇ ਆਉਣ ਦੇ ਨਾਲ ਨਵੀਂ ਸਭਿਅਤਾ ਆਉਣ ਨਾਲ ਆਪਸੀ ਫੁੱਟ ਲੜਾਈ ਵੈਰ ਅਤੇ ਗਰੀਬਾ ਨਿਯਮਸੀਮਤਾਵਾਂ ਵਧੀਆਂ ਹਨ ਨਵੀਂ ਸਭਿਅਤਾ ਹਿੰਦੁਸਤਾਨ ਦੇ ਮੱਥੇ ਉੱਤੇ ਕਲੰਕ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਅੱਜ ਦੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਪਿਆਰ ਨਹੀਂ ਹੈਗਾ ਠੀਕ ਹੈ ਨਾ ਹੀ ਸਭ ਤੋਂ ਵੱਡੀ ਕਮੀ ਕੀ ਹੈ ਸਹਿਣ ਸ਼ਕਤੀ ਦੀ ਕਿਸੇ ਦੇ ਵਿੱਚ ਕੋਈ ਸਹਿਣ ਸ਼ਕਤੀ ਨਹੀਂ ਹੈਗੀ ਠੀਕ ਹੈ ਜਿਸ ਦੇ ਕਰਕੇ ਉਹਨਾਂ ਦੇ ਅਪਚਾਪ ਸੀ ਫੁੱਟ ਪੈਂਦੇ ਹੈ ਲੜਾਈ ਤੇ ਵੈਰ ਵਿਰੋਧਤਾ ਵਧਦੀ ਹੈ ਠੀਕ ਹੈ ਕਵੀ ਨੇ ਨਵੀਂ ਤਹਿਜ਼ੀਬ ਨਾਲੋਂ ਪੁਰਾਣੀ ਤਹਿਜ਼ੀਬ ਨੂੰ ਬਿਹਤਰ ਸਮਝਿਆ ਕਿਹੜੀਆਂ-ਕਿਹੜੀਆਂ ਸਿਫਤਾਂ ਕੀਤੀਆਂ ਹਨ ਆਪਣੇ ਸ਼ਬਦਾਂ ਵਿੱਚ ਲਿਖੋ ਇਸ ਵਿੱਚ ਕਵੀ ਨੇ ਨਵੀਂ ਅਤੇ ਪੁਰਾਣੀ ਸਭਿਅਤਾ ਦਾ ਟੱਕਰਾ ਕਰਕੇ ਦੱਸਿਆ ਨਵੀਂ ਤੇ ਪੁਰਾਣੀ ਸਭਿਅਤ ਦੇ ਵਿੱਚ ਡਿਫਰੈਂਸ ਦੱਸਿਆ ਵੀ ਕੀ ਹੈ ਪਹਿਲਾਂ ਪੁਰਾਣੀ ਸਭਿਅਤਾ ਸੀ ਜਿਹੜੀ ਉਹ ਕਿਸ ਤਰ੍ਹਾਂ ਦੀ ਸੀ ਤੇ ਅੱਜ ਦੀ ਕਿਵੇਂ ਹੈ ਪੁਰਾਣੀ ਤਹਿਜ਼ੀਬ ਨਵੀਂ ਸਭਿਅਤਾ ਨਾਲੋਂ ਕਈ ਗੁਣਾ ਚੰਗੀ ਸੀ ਉਸ ਦੇ ਵਿਚਾਰ ਅਨੁਸਾਰ ਪੁਰਾਣੇ ਰਸਮ ਰਿਵਾਜ ਲੋਕਾਂ ਵਿੱਚ ਭਾਈਚਾਰਾ ਆਪਸੀ ਪਿਆਰ ਇੱਕ ਦੂਜੇ ਨਾਲ ਹਮਦਰਦੀ ਪ੍ਰਗਟ ਕਰਦੇ ਸਨ ਇਹ ਤੁਸੀਂ ਆਪਣੇ ਘਰ ਦੇ ਵਿੱਚ ਜੇ ਤੁਹਾਡੇ ਦਾਦਾ ਦਾਦੀ ਨੇ ਸਿਆਣੇ ਪੁਰਾਣੇ ਬਜ਼ੁਰਗ ਨੇ ਠੀਕ ਹੈ ਉਹਨਾਂ ਨਾਲ ਤੁਸੀਂ ਆਪਸੀ ਗੱਲਬਾਤ ਕਰਕੇ ਦੇਖਿਓ ਵੇ ਕਿੰਨਾ ਫਰਕ ਹੈ ਹੁਣ ਦੀ ਸਭਿਅਤਾ ਤੇ ਪੁਰਾਣੀ ਸਭਿਅਤਾ ਦੇ ਨਾਲ ਠੀਕ ਹੈ ਪਿਛਲੇ ਸਮੇਂ ਦੇ ਵਿੱਚ ਕੀ ਸੀ ਲੋਕ ਰਲ ਕੇ ਰਹਿੰਦੇ ਸੀਗੇ ਵੰਡ ਕੇ ਖਾਂਦੇ ਸੀ ਤੇ ਇੱਕ ਦੂਜੇ ਦਾ ਦੁੱਖ ਦਰਦ ਵੀ ਸਮਝਦੇ ਸੀ ਤੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਸੀ ਸ਼ਾਮਲ ਹੁੰਦੇ ਸੀਗੇ ਪਰ ਨਵੀਂ ਸਭਿਅਤਾ ਨੇ ਮਨੁੱਖੀ ਮਨ ਨੂੰ ਚੰਚਲ ਬਣਾ ਦਿੱਤਾ ਹੈ ਉਹ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ ਤੇ ਆਪਣੇ ਸਵਾਰਥ ਦੀ ਹੀ ਗੱਲਾਂ ਕਰਦਾ ਹੈ ਦੂਜਿਆਂ ਬਾਰੇ ਬਿਲਕੁਲ ਨਹੀਂ ਸੋਚਦਾ ਪਹਿਲਾਂ ਲੋਕ ਸੀ ਜਿਹੜੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਸੀਗੇ ਉਹਦਾ ਦੁੱਖ ਸੁੱਖ ਹੌਲਾ ਕਰਦੇ ਸੀ ਹੌਸਲਾ ਦਿੰਦੇ ਸੀ ਪਰ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਕੀ ਹੈ ਸਿਰਫ ਆਪਣੇ ਸਵਾਰਥ ਦੇ ਲਈ ਸਭ ਕੰਮ ਕਰਦਾ ਹੈ ਸਿਰਫ ਹਰੇਕ ਚੀਜ਼ ਦੇ ਵਿੱਚ ਆਪਣਾ ਸਵਾਰਥ ਦੇਖਦਾ ਹੋ। ਪੁਰਾਣੇ ਸਮੇਂ ਦੇ ਵਿੱਚ ਕੀ ਸੀਗਾ ਦੂਸਰੇ ਦਾ ਦੁੱਖ ਨੂੰ ਵੀ ਆਪਣਾ ਦੁੱਖ ਸਮਝਿਆ ਜਾਂਦਾ ਸੀਗਾ ਇੰਨਾ ਜ਼ਿਆਦਾ ਆਪਸੀ ਪ੍ਰੇਮ ਪਿਆਰ ਸੀ ਲੋਕਾਂ ਦੇ ਵਿੱਚ। ਨੌਜਵਾਨ ਹਿੰਦੀ ਨੂੰ ਕਵਿਤਾ ਦਾ ਕੇਂਦਰੀ ਭਾਵ ਲਿਖੋ। ਭਾਰਤੀ ਨੌਜਵਾਨ ਨੂੰ ਆਪਣੇ ਦੇਸ਼ ਦੀ ਖਾਤਰ ਬਹਾਦਰੀ ਨਾਲ ਨੌਜਵਾਨ ਦੁਸ਼ਮਣਾਂ ਨਾਲ ਲੋਹਾ ਲੈਣਾ ਪੈਂਦਾ ਸੀ ਭਾਰਤੀ ਨੌਜਵਾਨ ਸੀ ਜਿਹੜੇ ਉਹਨਾਂ ਨੂੰ ਆਪਣੇ ਦੇਸ਼ ਦੀ ਖਾਤਰ ਦੁਸ਼ਮਣਾਂ ਦੇ ਨਾਲ ਲੋਹਾ ਲੈਣਾ ਪੈਂਦਾ ਸੀਗਾ ਅਤੇ ਉਸ ਦੀ ਬਹਾਦਰੀ ਦੀ ਚਰਚੇ ਹਰ ਪਾਸੇ ਸਨ ਸਾਰੀ ਦੁਨੀਆ ਉਸ ਦੀ ਸੂਰਬੀਰਤਾ ਤੋਂ ਡਰਦੀ ਸੀ ਆਪਣੇ ਭਾਰਤੀ ਨੌਜਵਾਨ ਤੋਂ ਦੇਸ਼ਵਲ ਪੈੜੀ ਨਜ਼ਰ ਨਾ ਤੱਕਣ ਵਾਲੇ ਦਾ ਮੂੰਹ ਦਾ ਮੂੰਹ ਇਸ ਹਮੇਸ਼ਾ ਦਾ ਮੂੰਹ ਇਸ ਨੇ ਹਮੇਸ਼ਾ ਪਨਿਆ ਕਿਨੇ ਪਨਿਆ ਹੈ ਪੰਜਾਬ ਭਾਰਤ ਦੇ ਨੌਜਵਾਨਾਂ ਨੇ ਜੋ ਵਿਅਕਤੀ ਭਾਰਤ ਲਈ ਲੜਦਾ ਹੋਇਆ ਸ਼ਹੀਦ ਹੋ ਜਾਂਦਾ ਹੈ ਕਵੀ ਅਨੁਸਾਰ ਉਹ ਜਗਤ ਤੇ ਕੀ ਬਣਦਾ ਹੈ ਕਵੀ ਅਨੁਸਾਰ ਜੋ ਵਿਅਕਤੀ ਭਾਰਤ ਵਿੱਚ ਲੜਦਾ ਹੋਇਆ ਸ਼ਹੀਦ ਹੋ ਜਾਂਦਾ ਹੈ ਉਹ ਜਗਤ ਉਪਰ ਤਾਰਾ ਬਣ ਕੇ ਚਮਕਦਾ ਹੈ ਹਮੇਸ਼ਾ ਉਹ ਅਮਰ ਰਹਿੰਦਾ ਹੈ ਜੋ ਸ਼ਹੀਦ ਹੋ ਜਾਂਦਾ ਹੈ ਨੈਕਸਟ ਇਹਦੇ ਕਾਪ ਟੋਟੇ ਨੇ ਪ੍ਰਸੰਗ ਸਿਤ ਵੇਖਿਆ ਪਿਛਲੇ ਬ੍ਰਿਆਮਾਂ ਦੇ ਹੁਣ ਨਾਵੇਂ ਰਹਿ ਗਏ ਪਿਛਲੇ ਬ੍ਰਿਆਮ ਸੀ ਜਿਹੜੇ ਪਿਛਲੇ ਸਮੇਂ ਦੇ ਪਹਿਰਵਾਨ ਸੀ ਪਲਵਾਨ ਸੀ ਸਿਰਫ ਉਹਨਾਂ ਦੇ ਹੁਣ ਨਾਮ ਹੀ ਰਹਿ ਗਏ ਨੇ ਅੱਜ ਕੱਲ ਦੇ ਗੱਬਰੂ ਤਾਂ ਪਰਸ਼ਾਵੇਂ ਰਹਿ ਗਏ ਨੇ ਇੱਕ ਆਵਸਤਰਣੇ ਜਿਹੜੀਆਂ ਵਿਦਾਤ ਸਿੰਘ ਦੀ ਕਵਿਤਾ ਨਵੀਂ ਪੁਰਾਣੀ ਤਹਿਸੀ ਵਿੱਚੋਂ ਲਈਆਂ ਗਈਆਂ ਨੇ ਇਸ ਇਹ ਸਾਹਿਤ ਮਾਲਾ ਦੀ 9 ਦੀ ਪਾਠ ਪੁਸਤਕ ਵਿੱਚ ਦਰਜ ਹਨ ਇਸ ਕਵਿਤਾ ਵਿੱਚ ਕਵੀ ਨੇ ਕੀ ਕਹੇ ਸਭ ਤੋਂ ਪਹਿਲਾਂ ਦੋ ਲਾਈਨਾਂ ਬੇਟਾ ਲਿਖਣੀਆਂ ਜ਼ਰੂਰੀ ਨੇ ਠੀਕ ਹੈ ਇਹ ਇੰਪੋਰਟੈਂਟ ਨੇ ਕਿਉਂ ਨੇ ਕਿਉਂਕਿ ਆਪਾਂ ਨੇ ਸਭ ਤੋਂ ਪਹਿਲਾਂ ਕਵਿਤਾ ਵਰਦੀਸਣਾ ਵੀ ਕਿਹੜੀ ਕਵਿਤਾ ਦੇ ਵਿੱਚੋਂ ਇਹ ਸਤਰਾਂ ਲਈਆਂ ਗਈਆਂ ਨੇ ਉਸ ਤੋਂ ਬਾਅਦ ਮੇਨ ਜਿਹੜੀ ਆਪਣੀ ਲਾਈਨ ਹੈ ਠੀਕ ਹੈ ਸਾਹਿਤ ਮਾਲਾ ਆਪਣੀ 9ਵੀਂ ਕਲਾਸ ਦੀ ਪਾਠ ਪੁਸਤਕ ਵਿੱਚ ਦਰਜ ਨੇ ਹੁਣ ਆਪਾਂ ਜੋ ਜਿਹੜੀਆਂ ਸਤਰਾਂ ਦਿੱਤੀਆਂ ਗਈਆਂ ਨੇ ਇਸ ਦਾ ਆਪਾਂ ਇਸ ਵਾਰੀ ਦਸਤਾਂ ਵਿੱਚ ਇਸ ਦੇ ਵਿੱਚ ਕੀ ਪੁੱਛਿਆ ਗਿਆ ਠੀਕ ਹੈ ਇਸ ਕਵਿਤਾ ਵਿੱਚ ਕਵੀ ਨੇ ਪੁਰਾਣੀ ਤੇ ਨਵੀਂ تہذیਬ ਬਾਰੇ ਆਪਣੇ ਵਿਚਾਰ ਪ੍ਰਗਟਾਏ ਨੇ ਉਹ ਪੁਰਾਣੀ تہذیਬ ਨੂੰ ਨਵੀਂ تہذیਬ ਨਾਲੋਂ ਚੰਗੇ ਦੱਸਦਾ ਹੈ ਇਨ੍ਹਾਂ ਸਤਰਾਂ ਵਿੱਚ ਨਵੀਂ تہذیਬ ਦੇ ਮਾੜੇ ਪੱਖ ਦਾ ਚਿੱਤਰਣ ਰੱਖਿਆ ਹੈ ਕਵੀ ਕਹਿੰਦਾ ਹੈ ਕਿ ਨਵੀਂ ਭੈੜੀ ਨਵੀਂ ਹੈ ਜਿਹੜੀ ਭੈੜੀ تہذیਬ ਨੇ ਭਾਰਤ ਵਿੱਚ ਇਹੋ ਜਿਹਾ ਪਾਣਾ ਪਰਦਾ ਹੈ ਕਿ ਬੜੇ ਹੀ ਤਰੀਕੇ ਨਾਲ ਭਾਰਤ ਦੀ ਪੁਰਾਣੀ ਸ਼ਾਨ ਖਤਮ ਕਰ ਦਿੱਤੀ ਗਈ ਹੈ ਜਦੋਂ ਪੁਰਾਣੇ ਸਮੇਂ ਦੇ ਵਿੱਚ ਕਿਸੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਇਹ ਬਿਲਕੁਲ ਨਾਮ ਹੈ ਜਿਹੜਾ ਹੁਣ ਇਹ ਖਤਮ ਹੋ ਚੁੱਕਿਆ ਹੈ ਕਿਉਂਕਿ ਪੁਰਾਣੀ ਤਹਿਜ਼ੀਬ ਤੇ ਹੁਣ ਦੀ ਤਹਿਜ਼ੀਬ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਪੁਰਾਣੇ ਜ਼ਮਾਨੇ ਦੇ ਬਹਾਦਰ ਲੋਕ ਸਨ ਉਹਨਾਂ ਹੁਣ ਸਿਰਫ ਉਹਨਾਂ ਦੇ ਨਾਮ ਹੀ ਰਹਿ ਗਏ ਨੇ ਪਲਵਾਨ ਸੀਗੇ ਖੁੱਲੀਆਂ ਖੁਰਾਕਾਂ ਖਾਂਦੇ ਸੀ ਘਰ ਦੀ ਖੁਰਾਕ ਹੁੰਦੀ ਸੀ ਹੁਣ ਕਵੀ ਕਹਿੰਦਾ ਹੈ ਕਿ ਨਵੀਂ ਪੈੜੀ ਤੇ ਜੀਵ ਨੇ ਨਵੀਂ ਤਹਿਜ਼ੀਬ ਨੂੰ ਕਵੀ ਨੇ ਕੀ ਕਿਹਾ ਪੈੜੀ ਤਸਦੀਬ ਕਹ ਰਿਹਾ ਹੈ ਪੈੜੀ ਸੱਭਿਆਤਾ ਕਿ ਹੈ ਭਾਰਤ ਵਿੱਚ ਇਹੋ ਜਿਹਾ ਪਾਣਾ ਬਰਤਾਇਆ ਕਿ ਬੜੇ ਹੀ ਤਰੀਕੇ ਨਾਲ ਭਾਰਤੀ ਦੀ ਜਿਹੜੀ ਪੁਰਾਣੀ ਸ਼ਾਨ ਆ ਖਤਮ ਹੋ ਗਈ ਹੈ ਕਿਉਂਕਿ ਕਿਸੇ ਸਮੇਂ ਭਾਰਤ ਨੂੰ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਪੁਰਾਣੇ ਸਮੇਂ ਦੇ ਬਹਾਦਰ ਲੋਕਾਂ ਦੇ ਸਿਰਫ ਨਾਮ ਹੀ ਰਹਿ ਗਏ ਨੇ ਜਿਹੜੇ ਪਲਵਾਨ ਲੋਕ ਸੀ ਪਹਿਲਵਾਨ ਲੋਕ ਸੀਗੇ ਅੱਜ ਕੱਲ ਤੇ ਗੱਭਰੂ ਤਾਂ ਆਪਣੇ ਸਿਹਤ ਗਵਾ ਕੇ ਪਰਛਾਵਾਂਾਂ ਦੀ ਤਰ੍ਹਾਂ ਲਗਦੇ ਹਨ ਕਿ ਅੱਜ ਦਾ ਨੌਜਵਾਨ ਜਿਹੜਾ ਉਹ ਕਿ ਨਸ਼ਿਆਂ ਵੱਲੋਂ ਤਾਂ ਜ਼ਿਆਦਾ ਰੁਝਾਨ ਹੋ ਚੁੱਕਿਆ। ਪੁਰਾਣੇ ਸਮੇਂ ਦੇ ਵਿੱਚ ਕੀ ਸੀਗੇ? ਖੁੱਲੀਆਂ ਖਾਤ ਖਰਾਕਾਂ ਸੀ ਜਿਹੜੀਆਂ ਆਪਣੇ ਘਰ ਦੇਆਂ ਖੁਰਾਕਾਂ ਖਾਂਦੇ ਸੀਗੇ। ਠੀਕ ਹੈ। ਤਾਂ ਫਿਰ ਉਸ ਤੋਂ ਬਾਅਦ ਉਹ ਅਖਾੜਿਆਂ ਦੇ ਵਿੱਚ ਖੇਡਦੇ ਸੀ। ਕੁਸ਼ਤੀ ਖੇਡਦੇ ਸੀ। ਕਬੱਡੀ ਖੇਡਦੇ ਸੀ। ਠੀਕ ਹੈ। ਤਾਂ ਹੁਣ ਜਿਹੜੇ ਅੱਜ ਦਾ ਨੌਜਵਾਨ ਆ ਉਹ ਕੀ ਹੈ? ਸਿਰਫ ਮੋਬਾਈਲਾਂ ਤੱਕ ਹੀ ਹੋ ਕੇ ਸਿਮਤ ਹੋ ਕੇ ਰਹਿ ਚੁੱਕੇ ਨੇ। ਭਾਵੇਂ ਹੁਣ ਦੇ ਨੌਜਵਾਨ ਪੁਰਾਣੇ ਯੋਧਿਆਂ ਵਾਂਗ ਬਹਾਦਰ ਨਹੀਂ ਰਹੇ। ਕੀਰਤੀ ਦੀ ਛਾਤੀ ਤੇ ਇਹ ਮੂੰਹ ਪਈ ਦਲਦੀ ਐ ਰਤ ਪੀਪੀ ਲਿਸਿਆਂ ਦੀ ਇਹ ਗੁੱਗੜ ਪਲਦੀ ਐ ਠੀਕ ਐ ਕੀਰਤੀ ਦੀ ਛਾਤੀ ਤੇ ਜਿਹੜੇ ਮਿਹਨਤ ਮਸਦੂਰੀ ਕਰਨ ਵਾਲੇ ਲੋਕ ਨੇ ਉਹਨਾਂ ਦੇ ਛਾਤੀ ਤੇ ਮੂੰਹ ਕੌਣ ਦਲ ਰਿਹਾ ਅਮੀਰ ਲੋਕ ਨੇ ਜਿਹੜੇ ਜ਼ਗੀਰਦਾਰ ਲੋਕ ਨੇ ਠੀਕ ਐ ਰਤ ਪੀਪੀ ਲਿਸਿਆਂ ਦੀ ਇਹ ਗੁੱਗੜ ਪਲਦੀ ਐ ਤਾਂ ਰਤ ਪੀ ਖੂਨ ਪੀਪੀ ਕੇ ਮਜ਼ਦੂਰਾਂ ਦਾ ਇਹਨਾਂ ਦੀ ਜਿਹੜਾ ਢਿੱਡਾ ਹੋ ਪਲਦਾ ਇਹਦੇ ਵਿੱਚ ਵੀ ਆਪਾਂ ਨੇ ਉਹ ਲਾਈਨਾਂ ਲਿਖਣੀਆਂ ਨੇ ਕਵੀ ਕਹਿੰਦਾ ਕਿ ਪੱਛਮੀ ਸਭਿਅਤਾ ਵਿੱਚ سرمਾਈਦਾਰੀ ਦੀ ਲੁੱਟ ਪ੍ਰਦਾਨ ਹੋਈ ਪਈ ਹੈ ਠੀਕ ਹੈ ਇਹ ਕੀਰਤੀ ਨੂੰ ਤੰਗ ਕਰੀਏ ਭਾਵ ਜਿਹੜੇ ਆਪਣੇ ਕਿਰਤ ਕਰਨ ਵਾਲੇ ਲੋਕ ਨੇ ਆਪਣੇ ਹੱਥਾਂ ਨਾਲ ਮਿਹਨਤ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਜਿਹੜੇ ਜ਼ਗੀਰਦਾਰ ਲੋਕ ਨੇ ਇਹ ਕੀਰਤੀ ਦੀ ਛਾਤੀ ਉੱਪਰ ਮੂਂਗ ਚਲਦੀ ਹੈ ਮੂਂਗ ਦਲਦੀ ਹੈ ਠੀਕ ਹੈ ਕਾਮਿਆਂ ਦਾ ਕਾਮਿਆਂ ਦਾ ਖੂਨ ਪੀਪੀ ਕੇ ਇਸੀ ਗੋਗੜ ਪਲਦੀ ਹੈ ਭਾਵ ਅਮੀਰ سرمਾਈਦਾਰ ਕੰਮ ਕਰਨ ਵਾਲਿਆਂ ਉੱਪਰ ਜ਼ੁਲਮ ਕਰਦੇ ਹਨ ਤੇ ਉਹਨਾਂ ਦੇ ਸਿਰ ਉੱਤੇ ਮੋਜਾ ਮਾਰਦੇ ਹਨ ਨੈਕਸਟ ਵਸਤੂਨਿਸ਼ਟ ਪ੍ਰੇਸ਼ਨ ਉੱਤਰਨੇ ਇਧਰ ਰੋਲੀ ਨਹੀਂ ਬਟਾ ਆਪਣੇ ਯਾਦ ਕਰਨੇ ਠੀਕ ਹੈ ਦਰਿਆਵਾਂ ਦੇ ਪਾਣੀ ਵਾਂਗ ਪਾਣੀ ਵਗ ਕੇ ਮੋੜ ਕਿੱਥੇ ਨਹੀਂ ਪਰਤਦੇ ਪਤਨਾ ਦੇ ਉੱਤੇ ਠੀਕ ਹੈ ਅਸੀਂ ਆਪਣੀ ਤਹਿਜ਼ੀਬ ਨੂੰ ਗਵਾ ਕੇ ਹੋਰ ਕੀ ਗਵਾ ਲਿਆ ਹੈ ਅਕਲ ਗਵਾ ਲਈ ਹੈ ਅਸੀਂ ਆਪਣੇ ਘਰੋਂ ਦੇ ਕੇ ਘਰੋਂ ਕੀ ਦੇ ਕੇ ਖੁੱਤੀ ਬਟਾ ਲਈ ਹੈ ਕਪਲਾ ਕੋ ਜਿਹਨੂੰ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਨਵੀਂ ਤਹਿਜ਼ੀਬ ਨੂੰ ਆਪਣਾ ਕੇ ਅਸੀਂ ਆਪਣੇ ਗਲ ਕੀ ਪਾ ਲਈਏ ਜਹਿਮਤ ਪਵ ਰੋਗ ਗਲ ਪਾ ਲਿਆ ਹੈ ਰੀਸ਼ੀਆਂ ਦੇ ਚੌਂਕੇ ਵਿੱਚ ਕਿਥੋਂ ਦੀ ਝੂਠ ਪਈ ਹੋਈ ਹੈ ਵੱਛਮ ਦੀ ਭਾਰਤ ਦੇ ਸਾਰੇ ਹਿੱਸਾਉ ਪੁਨੇ ਨੂੰ ਕਿੰਨੇ ਕੌਣ ਰਿੰਨ ਕੇ ਖਾ ਬੈਠੀ ਹੈ ਨਵੀਂ ਤਵੀਜ਼ ਨਹੀਂ ਨਵੀਂ ਤਹਿਜ਼ੀਬ ਭਾਵ ਨਵੀਂ ਸਭਿਅਤਾ ਪੁਰਾਣੀ ਸਭਿਅਤਾ ਨੂੰ ਕੀ ਰਿੰਨ ਕੇ ਖਾ ਬੈਠ ਗਈ ਹੈ ਜਦੋਂ ਉਸ ਸਮੇਂ ਦੇ ਪੁਰਾਣੇ ਲੋਕ ਸੀ ਬਹੁਤ ਚੰਗੇ ਮਿਲਵਰਤਨ ਵਾਲੇ ਲੋਕ ਸੀ ਕਵੀ ਅਨੁਸਾਰ ਜੇ ਪੁਰਾਣੀ ਤਹਿਜ਼ੀਬ ਢੋਲੀ ਪਾਲੀ ਸੀ ਤਾਂ ਨਵੀਂ ਤਹਿਜ਼ੀਬ ਕਿਸ ਤਰ੍ਹਾਂ ਦੀ ਹੈ ਚੰਚਲਮਨ ਦੀ ਹੈ ਕਿਹੜੀ ਤਹਿਜ਼ੀਬ ਦੇ ਅੰਦਰ ਪਰਵਾਦ ਹੈ ਇੱਕ ਜੀ ਕਮਾਉਂਦਾ ਤੇ ਸਾਰਾ ਹੀ ਟੱਬਰ ਖਾਂਦਾ ਸੀ ਪੁਰਾਣੀ ਤਹਿਜ਼ੀਬ ਦੇ ਵਿੱਚ ਨਵੀਂ ਤੇਹਜ਼ੀਬ ਕਿਸ ਦੀ છਾਤੀ ਉੱਤੇ ਮੂੰਗ ਦਲਦੀ ਹੈ ਕਿਰਤੀ ਪਾਵ ਮਿਹਨਤ ਮਜ਼ਦੂਰੀ ਕਰਨ ਵਾਲੇ ਨਵੀਂ ਤੇਹਸੀਬ ਦੀ ਗੋਗੜ ਕਿਸ ਤਰ੍ਹਾਂ ਪਲਦੀ ਹੈ ਕਮਜ਼ੋਰਾਂ ਦਾ ਖੂਨ ਪੀ ਕੇ ਨਵੀਂ ਸੱਭਿਆਤਾ ਨੇ ਭਾਰਤ ਦੀਆਂ ਕੁੜੀਆਂ ਦੇ ਕਿਸਾਂ ਉੱਤੇ ਕੀ ਰੱਖ ਦਿੱਤਾ ਹੈ ਕੈਂਚੀ ਰੱਖ ਦਿੱਤੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਅੱਜ ਦੀ ਸੱਭਿਆਤ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਨਵੀਂ ਸੱਭਿਆਤਾ ਭਾਰ ਦੇ ਗੜ ਵਿੱਚ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਗੁਲਾਮੀ ਦਾ ਪੱਟਾ ਭਾਰਤ ਦੀ ਸ਼ਾਨ ਦਾ ਡੰਕਾ ਬਸਾਉਣ ਲਈ ਕਵੀ ਨੇ ਕੀ ਕਿਸ ਨੂੰ ਕਿਹਾ ਹੈ ਭਾਰਤ ਦੀ ਸ਼ਾਨ ਦਾ ਡੰਕਾ ਬਜਾਉਣ ਲਈ ਕਵੀ ਨੇ ਕਿਸ ਨੂੰ ਕਿਹਾ ਹੈ ਹਿੰਦੁਸਤਾਨ ਦੇ ਨੌਜਵਾਨ ਨੂੰ ਭਾਰਤ ਦਾ ਨੌਜਵਾਨ ਜਗਤ ਵਿੱਚ ਅਸਮਾਨ ਦਾ ਤਾਰਾ ਕਿਵੇਂ ਬਣੇਗਾ ਭਾਰਤ ਵਿੱਚ ਭਾਰਤ ਲਈ ਲੜਦਾ ਹੋਇਆ ਸ਼ਹੀਦ ਹੋ ਕੇ ਭਾਰਤ ਦਾ ਨੌਜਵਾਨ ਕਿਸ ਦਾ ਰਖ ਹੈ ਦੇਸ਼ ਤੇ ਕੌਮ ਦੇ ਨਿਸ਼ਾਨ ਦਾ ਕਵੀ ਨੌਜਵਾਨ ਨੂੰ ਆਪਣਾ ਭਾਰਤ ਦੇਸ਼ ਕਿਹੋ ਜਿਹਾ ਬਣਾਉਣ ਲਈ ਕਹਿੰਦਾ ਹੈ ਸਵਰਗ ਵਾਂਗ ਵਿਦਾਤਾ ਸਿੰਘ ਤੀਰ ਦੀ ਕਿਸੇ ਇੱਕ ਕਵਿਤਾ ਦਾ ਨਾਮ ਨੌਜਵਾਨ ਹਿੰਦੀ ਨੂੰ ਤੇ ਨਵੀਂ ਤੇ ਪੁਰਾਣੀ ਸਭਿਅਤਾ ਜਾਂ ਤਹਿਜ਼ੀਬ ਨਵੀਂ ਨਵੀਂ ਪੁਰਾਣੀ ਤਹਿਜ਼ੀਬ ਕਵਿਤਾ ਦੇ ਕਵੀ ਦਾ ਨਾਮ ਕੀ ਹੈ ਵਿਦਾਤਾ ਸਿੰਘ ਟੀ ਬੇਟਾ ਤੁਸੀਂ ਨੇ ਇਹ ਚੈਪਟਰ ਕੰਪਲੀਟ ਹੈ ਲਰਨ ਕਰਨਾ ਹੈ